ਫਿਰੋਜ਼ਪੁਰ ਬਸਤੀ ਗੁਰੂ ਕਰਮ ਸਿੰਘ ਵਿੱਚ ਰਹਿੰਦੇ ਇੱਕ ਮੁੰਡੇ ਨੇ ਪ੍ਰੇਮ ਸੰਬੰਧਾਂ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦਰਅਸਲ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਮ੍ਰਿਤਕ 17 ਸਾਲਾ ਨੌਜਵਾਨ ਦੇ ਕਿਸੇ ਨੰਦਨੀ ਨਾਂ ਦੀ ਕੁੜੀ ਨਾਲ ਨਜਾਇਜ਼ ਸੰਬੰਧ ਸਨ ਤੇ ਮੁਹੱਲੇ ਦੇ ਕੁਝ ਲੋਕਾਂ ਵੱਲੋਂ ਮ੍ਰਿਤਕ ਨੌਜਵਾਨ ਨਾਲ ਉਸਦੀ ਪ੍ਰੇਮਿਕਾ ਦੇ ਸਾਹਮਣੇ ਕੁੱਟਮਾਰ ਕੀਤੀ ਗਈ, ਜਿਸ ਕਾਰਨ ਨੌਜਵਾਨ ਇਹ ਸਦਮਾ ਨਾ ਬਰਦਾਸ਼ਤ ਕਰ ਸਕਿਆ ਤੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਉਸਨੇ ਖੌਫਨਾਕ ਕਦਮ ਚੁੱਕ ਲਿਆ, ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਦੋਂ ਨੌਜਵਾਨ ਪੁੱਤ ਦੀ ਮੌਤ ਦਾ ਦੁੱਖ ਨਾ ਸਹਿਣ ਕਰਦੀ ਮਾਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਇਹ ਦੋਸ਼ੀ ਇੱਕ ਪੰਜੂ ਪ੍ਰਧਾਨ ਤੇ ਇੱਕ ਪਾਲੀ ਹੈ ਤੇ ਇਹਨਾਂ ਧਮਕੀ ਦਿੱਤੀ ਹੈ, ਮਾਰਨ ਦੀ ਕੋਸ਼ਿਸ਼ ਕੀਤੀ ਹੈ, 4 ਦਿਨ ਹੋ ਗਏ ਮੁੰਡੇ ਦੇ ਮਗਰ ਭੱਜੀ ਫਿਰਿਆ ਨੂੰ ਤੇ ਅਸੀਂ ਸਿਕੰਦਰ ਐਮਸੀ ਨੇ ਕਿਹਾ ਜੀ ਭੁੱਲਰ ਆ ਜਾ ਉਹ ਵੀ ਕਰਿਆ ਜਾ ਤੇਰਾ ਅਸੀਂ ਉਹਦੇ ਤੋਂ ਮਾਫ਼ੀ ਮੰਗਾ ਲੈਂਦੇ ਹਾਂ। ਮੁੰਡਾ ਘਰੇ ਆ ਗਿਆ ਸਵੇਰੇ ਫਿਰ ਧਮਕੀ ਦੇਣੀ ਸ਼ੁਰੂ ਕਰਤੀ ਮੁੰਡੇ ਨੇ ਖੁਦ ਆਪਦੀ ਖੁਸ਼ੀ ਕਰ ਧਮਕੀ ਕਿਉਂ ਦਿੱਤੀ ਪਤਾ ਜੀ ਕੁਛ ਵੀ ਇਹਨਾਂ ਦਾ ਰਿਸ਼ਤਾ ਕਰਾਇਆ ਸੀ ਪਾਲੀ ਨੇ ਪਾਲੀ ਨੇ ਜਾਣੀ ਕਿ ਮੁੰਡਾ ਇਹਦਾ ਭਤੀਜਾ ਪੈ ਗਿਆ ਗਲ ਉਹ ਕੁੜੀ ਤੋਂ ਗਲ ਪੈਣ ਕਾਰਨ ਪਾਲੀ ਨੇ ਇਹਦੇ ਚਪੇੜਾਂ ਮਾਰੀਆਂ ਉਹ ਸਾਡੇ ਘਰੇ ਮਹਿੰਦਰ ਹੌਲਦਾਰ ਘਰੇ ਵੀਰਵਾਰ ਰੇਡ ਕੀਤੀ ਬੋਵੀ ਘਰੋਂ ਨੱਸ ਕੇ ਚਲੇ ਗਿਆ ਅੱਗੇ ਫਿਰ ਬੋਵੀ ਨੂੰ ਬੁਲਾਇਆ ਗਿਆ ਸਿਕੰਦਰ ਐਮ ਸੀ ਨੇ ਅੱਛਾ ਜੀ ਵੀ ਘਰੇ ਆ ਜਾ ਤੈਨੂੰ ਮਾਫ਼ੀ ਮੰਗਵਾ ਦਿੰਦੇ ਪਾਲੀ ਤੋਂ ਠੀਕ ਹੈ ਜੀ ਬੋਵੀ ਘਰੇ ਆ ਗਿਆ ਫਿਰ ਸਵੇਰੇ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਪਾਲੀ ਦੇ ਬੋਵੇ ਅੱਗੇ ਪੰਜੂ ਨੇ ਤੇ ਪਾਲੀ ਨੇ ਅੱਛਾ ਜੀ ਮੇਰੇ ਮੁੰਡੇ ਨੇ ਖੁਦ ਖੁਸ਼ੀ ਕਰ ਲਈ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਜਿਹੜੇ ਦੋਸ਼ੀ ਬੰਦੇ ਉਹਨਾਂ ਨੂੰ ਪੇਸ਼ ਕੀਤਾ ਜਾਵੇ ਉਹਨਾਂ ਤੇ ਧਾਰਾ ਲੱਗ ਜਾਵੇ ਮੈਂ ਉਹਨਾਂ ਤੇ ਸਰਕਾਰ ਨਹੀਂ ਕਰਨਾ।